ਬਾਬਾ ਜੀ, ਅੱਜ ਜਿਹੜਾ ਸਮਾਗਮ ਕਰਾਇਆ ਗਿਆ ਮਹਾਂਪੁਰਸ਼ਾਂ ਦੁਆਰਾ, ਗੁਰੂ ਘਰ ਦਾ ਨੀਂਹ ਪੱਥਰ ਰੱਖਿਆ ਗਿਆ, ਉਹਦੇ ਬਾਰੇ ਜਾਣਕਾਰੀ ਦਿਓ ਜੀ। ਇਹ ਜਿਹੜੇ ਇਸ ਸਥਾਨ ਦੇ ਮਹਾਂਪੁਰਸ਼ ਆਏ ਨੇ ਨਾ ਜੀ, ਹਾਂਜੀ ਹਾਂਜੀ, ਆਪ ਜੀ ਦਾ ਪਵਿੱਤਰ ਨਾਮ ਜੋ ਹੈ ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ ਨੇ, ਹਾਂਜੀ ਹਾਂਜੀ, ਉਹਨਾਂ ਦੇ ਨਾਲ ਉਹਨਾਂ ਦੀ ਬਚਨਾ ਨਾਲ ਸੇਵਾ ਕਰਦੇ ਰਹੇ ਯੂਪੀ ਦੇ ਸੰਤ ਬਾਬਾ ਵਰਿਆਮ ਸਿੰਘ। ਠੀਕ ਹੈ ਜੀ। ਸੰਤ ਬਾਬਾ ਵਰਿਆਮ ਸਿੰਘ ਜੀ ਦੇ ਬਚਪਨ 'ਚ ਵੀ ਆਦਿ ਨੇ ਸਪਰਸ਼ ਲਿਆ। ਠੀਕ ਹੈ ਜੀ। ਸਿੱਖ ਧਰਮ ਦੇ ਪ੍ਰਚਾਰ ਦੀ ਸੇਵਾ, ਠੀਕ ਹੈ ਜੀ, ਵੱਧ ਚੜ ਕੇ ਬਾਬਾ ਜੀ ਜਥਿਆਂ ਸਮੇਤ ਕਰਦੇ ਨੇ। ਠੀਕ ਹੈ ਭਾਈ, ਲਗਭਗ 35-40 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ। ਇਹਨਾਂ ਇਲਾਕਿਆਂ ਵਿੱਚ ਬਹੁਤ ਹੀ ਪਿਛੜਾ ਇਲਾਕਾ ਸੀ, ਜੋ ਬਾਬਾ ਜੀ ਉਹਨਾਂ ਨੇ ਘਰ ਘਰ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ। ਉਹ ਸੰਗਤਾਂ ਵੀ ਇਹ ਚਾਹ ਔਰ ਸਿੱਖ ਸੈਂਟਰ ਬਣੇ, ਇਸ ਤੋਂ ਪ੍ਰਚਾਰ ਹੋਏ ਸਿੱਖੀ ਦਾ, ਅਤੇ ਨਾਲ ਦੇ ਨਾਲ ਜੋ ਸਤਸੰਗ ਕੀਰਤਨ, ਮਹਾਂਪੁਰਸ਼ ਗੁਰਬਾਣੀ ਦੀ ਵਿਆਖਿਆ, ਗੁਰੂ ਇਤਿਹਾਸ ਦੀ ਵਿਚਾਰ, ਔਰ ਐਸੇ ਸਥਾਨ ਬਣ ਜਿਹਨਾਂ ਦੇ ਵਿੱਚ ਸੰਗਤਾਂ ਜੁੜ ਕੇ। ਬਾਕੀ ਇੱਧਰ ਯੂਪੀ ਦੇ ਵਿੱਚ ਕੋਈ ਸ਼ਹੀਦਾਂ ਦਾ ਕੋਈ ਸਥਾਨ ਹੈ ਨਹੀਂ ਜੀ, ਇਸ ਇਲਾਕੇ ਬਹੁਤ ਵੱਡਾ ਉਪਰਾਲਾ ਬਾਬਾ ਜੀ ਦਾ। ਨਗਰ ਜਿੱਥੇ ਸਿੱਖ ਸੰਗਤਾਂ ਵਸਦੀਆਂ, ਘਰਾਂ ਵਿੱਚ, ਪਿੰਡਾਂ ਦੇ ਇਲਾਕਿਆਂ 'ਚ, ਆਪਣੇ ਗੁਰਦੁਆਰੇ ਨੇ, ਇੱਥੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਮਹਿਲਗੰਜ ਇੱਕ ਸਥਾਨ, ਜੋ ਪੁਰਾਣਾ ਸਿੰਘ ਨੇ ਬੇਨਤੀ ਕਰਕੇ ਉੱਥੇ ਸੇਵਾ ਨਾਲ ਚੱਲਦੇ ਆ। ਠੀਕ ਹੈ ਜੀ। ਠੀਕ ਹੈ, ਹੋਰ ਵੀ ਸਥਾਨ ਨੇ, ਪਰ ਜਿਹੜਾ ਮੇਨ ਪ੍ਰਚਾਰ ਸੀ ਨਾ, ਇਹ ਪ੍ਰਚਾਰ ਦਾ ਸਥਾਨ ਔਰ ਅੰਮ੍ਰਿਤ ਸੰਚਾਰ ਦਾ ਹੈ। ਠੀਕ ਹੈ ਜੀ। ਉਹ ਇਸ ਸਥਾਨ 'ਤੇ ਅੰਮ੍ਰਿਤ ਸੰਚਾਰ ਜਦੋਂ ਵੀ ਸਮਾਗਮ ਹੋਣਗੇ ਹੋਇਆ ਕਰਨ, ਉਹ ਵੱਧ ਤੋਂ ਵੱਧ ਸੰਗਤਾਂ ਜੁੜਨਗੀਆਂ, ਜੇ ਪੁਰਾਣੀ ਸੰਗਤ ਉਤਸਾਹ। ਕਾਰ ਸੇਵਾ ਬਾਬਾ ਜੀ ਸ਼ੁਰੂ ਹੋ ਚੁੱਕੀ ਹੈ ਗੁਰੂ ਘਰ ਦੀ? ਹਾਂਜੀ, ਕਾਰ ਸੇਵਾ ਵਾਸਤੇ ਜਗ੍ਹਾ ਹੁਣ ਸੇਵਾ ਸੰਗਤ ਦੇ ਸਹਿਯੋਗ ਨਾਲ ਜਿਵੇਂ ਜਿਵੇਂ ਸੰਗਤ ਸਹਿਯੋਗ ਕਰੇਗੀ। ਠੀਕ ਹੈ ਜੀ। ਚੱਲਦਾ ਰਹੇਗਾ ਜੀ, ਕੁਛ ਮਿਆਦਾਂ ਭਰੀਆਂ ਗਈਆਂ ਨੇ, ਕੱਲ੍ਹ ਮੀਂਹ ਪੱਥਰ ਰੱਖਿਆ ਜਾਏਗਾ। ਠੀਕ ਹੈ ਬਾਬਾ ਜੀ। ਸਥਾਨ ਦੀ ਕਿਤੇ ਮਹਾਂਪੁਰਸ਼ ਕਹਿਣਗੇ, ਉਸ ਸਥਾਨ 'ਤੇ ਫਿਰ ਗੁਰਦੁਆਰਾ ਸਾਹਿਬ ਵੀ ਸਮੇਂ ਆਉਣ 'ਤੇ ਬਣਾਇਆ ਜਾਏਗਾ, ਜਿਵੇਂ ਸੰਗਤਾਂ ਦਾ। ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।